ਗਲੋਬਲ ਆਰਗੇਨਾਈਜੇਸ਼ਨ ਸਿੱਖ ਚੈਂਬਰ ਆਫ ਕਮਰਸ ਦੇ ਵੱਲੋਂ ਆਪਣੀ ਨਵੀਂ ਸ਼ਾਖਾ ਦਿੱਲੀ ਵਿਖੇ ਬਣਾਈ ਗਈ ਹੈ। ਸਿੱਖ ਚੈਂਬਰ ਆਫ ਕਮਰਸ ਵੱਲੋਂ ਦਿੱਲੀ ਦੇ ਵਿੱਚ ਇੱਕ ਵਧੀਆ ਟੀਮ ਦਾ ਗਠਨ ਕੀਤਾ ਗਿਆ। ਇਸ ਮੌਕੇ ਤੇ ਵੱਡੀ ਗਿਣਤੀ ਵਿੱਚ ਸਿੱਖ ਭਾਈਚਾਰੇ ਦੇ ਕਾਰੋਬਾਰੀਆਂ ਨੇ ਭਾਗ ਲਿਆ। ਗੱਲਬਾਤ ਦੇ ਦੌਰਾਨ ਸਿੱਖ ਚੈਂਬਰ ਆਫ ਕਮਰਸ ਦੇ ਅਹੁਦੇਦਾਰਾਂ ਵੱਲੋਂ ਸਿੱਖ ਚੈਂਬਰ ਵੱਲੋਂ ਕੀਤੇ ਜਾਂਦੇ ਕੰਮਾਂ ਤੇ ਚਾਨਣਾ ਪਾਇਆ ਗਿਆ। ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਸਿੱਖ ਚੈਂਬਰ ਆਫ ਕਮਰਸ ਦੀ ਸ਼ੁਰੂਆਤ 2011 ਵਿੱਚ ਅਮਰੀਕਾ ਵਿੱਚ ਕੀਤੀ ਗਈ ਸੀ, ਜਿਸ ਦੀ ਸ਼ੁਰੂਆਤ ਸਿੱਖ ਭਾਈਚਾਰੇ ਦੇ ਕਾਰੋਬਾਰੀਆਂ ਵੱਲੋਂ ਕੀਤੀ ਗਈ ਤਾਂ ਜੋ ਆਪਸੀ ਸਹਿਯੋਗ ਦੇ ਨਾਲ ਇੱਕ ਨੈਟਵਰਕ ਰਾਹੀਂ ਬਿਜ਼ਨਸ ਨੂੰ ਵਧਾਇਆ ਜਾ ਸਕੇ। ਇੱਥੇ ਅੱਜ ਜਿਹੜਾ ਚੈਪਟਰ ਲਾਂਚ ਹੋ ਰਿਹਾ ਹੈਗਾ ਅਤੇ ਅਸੀਂ ਬਹੁਤ ਖੁਸ਼ ਹਾਂ ਕਿ ਇੱਥੇ ਬਹੁਤ ਵਧੀਆ ਟੀਮ ਜਿਹੜੀ ਆ ਬਣੀ ਆ ਔਰ ਕਾਫੀ ਐਕਸਾਈਟਮੈਂਟ ਹੈਗੀ ਇੱਥੇ ਬਿਜ਼ਨਸ ਕਮਿਊਨਿਟੀ ਦੇ ਵਿੱਚ ਕਿ ਉਹ ਜਿਹੜੇ ਅਮਰੀਕਾ ਦੇ ਔਨਟਰਪਨੋਰਸ ਆ ਉਹਨਾਂ ਨਾਲ ਜੁੜਨਾ ਚਾਹੁੰਦੇ ਆ ਔਰ ਉੱਥੇ ਜਿਹੜੇ ਅਮਰੀਕਨ ਔਨਟਰਪਨੋਰਸ ਆ ਜਿਨ੍ਹਾਂ ਦੇ ਜਿੱਦਾਂ ਬੈਕ ਆਫਿਸਿਸ ਹੈਗੇ ਆਈ ਟੀ ਦੇ ਜਾਂ ਹੋਰ ਵੀ ਕੋਈ ਕਿਸੇ ਇੰਡਸਟਰੀ ਦੇ ਹੈਗੇ ਔਰ ਉਹਨਾਂ ਨੂੰ ਇੱਥੇ ਇੱਕ ਪਲੈਟਫਾਰਮ ਚਾਹੀਦਾ ਸੀ ਜਿਹੜਾ ਜਿਹਦੇ ਨਾਲ ਉਹ ਕਨੈਕਟ ਕਰ ਪਾਉਣ। ਪਲੈਟਫਾਰਮ ਜਿਹੜਾ ਆ ਉਹਨੂੰ ਐਕਸੈਸ ਦੇ ਰਹੇ ਆ ਆਪਣੀ ਨੈਕਸਟ ਜਨਰੇਸ਼ਨ ਨੂੰ, ਜਿਹਦੇ ਨਾਲ ਜਿਹੜੀ ਬਿਜ਼ਨਸ ਨੈਟਵਰਕਿੰਗ ਆ, ਐਜੂਕੇਸ਼ਨ ਆ, ਪਾਰਟਨਰ ਕਨੈਕਟ ਆ, ਕੈਪੀਟਲ ਕਨੈਕਟ ਹੈਗਾ, ਉਹਦੇ ਵਿੱਚ ਸਾਰੇ ਇੱਕ ਥਾਂ ਇਕੱਠੇ ਹੋ ਕੇ ਔਰ ਉਹਦੇ ਵਿੱਚ ਜਿਹੜਾ ਸਕਸੈਸ ਰੇਟ ਹੈਗਾ ਆ ਉਹ ਜੇ ਤੁਹਾਡਾ ਕੋਈ ਵਧੀਆ ਮੈਂਟਰ ਹੈਗਾ ਤੁਹਾਡੇ ਫੀਲਡ ਦੇ ਵਿੱਚ, ਜੇ ਤੁਹਾਡੇ ਕੋਲ ਵਧੀਆ ਏਂਜਲ ਇਨਵੈਸਟਰਸ ਦਾ ਗਰੁੱਪ ਹੈਗਾ ਅਤੇ ਤੁਸੀਂ ਜੇ ਆਈਡੀਆਜ਼ ਹੈਗਾ ਉਹਨੂੰ ਤੁਸੀਂ ਐਕਸਪਲੋਰ ਕਰ ਸਕਦੇ ਹਾਂ ਆਪਣੇ ਇਸ ਪਲੈਟਫਾਰਮ 'ਤੇ ਆ ਕੇ ਉਹਨਾਂ ਨੂੰ ਆਪਣੇ ਆਈਡੀਆਜ਼ ਪ੍ਰਜੈਂਟ ਕਰ ਸਕਦੇ ਹਾਂ ਤਾਂ ਕਿ ਤੁਹਾਡਾ ਜਿਹੜੀ ਸਟਾਰਟਅਪ ਆ ਉਹ ਸਕਸੈਸਫੁਲ ਹੋਵੇ। ਇਹਦੇ ਚੈਪਟਰਸ ਸਾਰੇ ਆਪਣੇ ਵਰਲਡ ਵਾਈਡ ਦੇ ਵਿੱਚ ਹੁਣ 6 ਚੈਪਟਰਸ ਆਲਰੇਡੀ ਨੇ, ਇਸ 7ਵੇਂ ਚੈਪਟਰ ਦਾ ਲਾਂਚ ਹੋ ਰਿਹਾ ਡੈਲੀ ਦੇ ਵਿੱਚ। ਦ ਪਰਪਸ ਜੋ ਹੈਗਾ ਹੈ ਚੈਂਬਰ ਦਾ ਉਹ ਹੈਗਾ ਕਿ ਅਸੀਂ ਇੱਕ ਬ੍ਰਿਜ ਕ੍ਰੀਏਟ ਕਰੀਏ ਜਿਹੜੇ ਕਿ ਸਾਡੇ ਐਂਟਰਪ੍ਰਨਿਓਰਸ ਨੇ ਵਰਲਡ ਦੇ ਵਿੱਚ ਅਤੇ ਦਿੱਲੀ ਦੇ ਵਿੱਚ ਜਿਹੜੇ ਨੇ ਉਹਨਾਂ ਦੇ ਆਪਸ ਦੇ ਵਿੱਚ ਉਹ ਮਿਲਣ, ਨੈਟਵਰਕਿੰਗ ਕਰਨ, ਇੱਕ ਦੂਜੇ ਵਾਸਤੇ ਬੈਨੀਫਿਸ਼ੀਅਲ ਹੋਣ, ਓਵਰਆਲ ਸਾਡੀ ਕਮਿਊਨਿਟੀ ਦੇ ਵਾਸਤੇ ਇੱਕ ਅੱਗੇ ਵਧਣ ਦਾ ਹੋਰ ਜ਼ਰੀਆ ਬਣੇ ਐਲਾ ਚੈਂਬਰ, ਉਹ ਸਾਡਾ ਹੋਲ ਪਰਪਸ ਹੈਗਾ ਅਤੇ ਬਹੁਤ ਹੁਣ ਤੱਕ ਸਾਨੂੰ ਬਹੁਤ ਸਕਸੈਸ ਰਿਹਾ ਹੈ। ਜਿੱਥੇ ਲੋਕ ਚਾਹੁੰਦੇ ਨੇ ਕਿ ਉਹਨਾਂ ਨੂੰ ਇਸ ਚੀਜ਼ ਦੀ ਲੋੜ ਆ, ਜਿਹੜੀ ਬਿਜ਼ਨਸ ਕਮਿਊਨਿਟੀ ਆ ਸਾਡੇ ਪ੍ਰੋਫੈਸ਼ਨਲਸ ਨੇ, ਦੇ ਵਾਂਟ ਟੂ ਗੈਟ ਟੁਗੈਦਰ ਐਂਡ ਫਾਰਮ ਚੈਂਬਰ ਓਵਰ ਦੇਅਰ, ਸੋ ਵੀ ਵਿਲ ਅਸਿਸਟ ਦੈਮ। ਉਹਨਾਂ ਨੂੰ ਜਿਹੜੀ ਕੋਈ ਵੀ ਲੋਜਿਸਟਿਕਸ ਜਿਹੜੀ ਉਹਨਾਂ ਨੂੰ ਕਿਸੇ ਕਿਸਮ ਦੀ ਹੈਲਪ ਆ, ਵੀ ਵਿਲ ਪ੍ਰੋਵਾਈਡ ਦੈਮ। ਸੋ ਜੇ ਕਿਸੇ ਨੇ ਵੀ ਇਸ ਕਿਸਮ ਦਾ ਹੋਰ ਆਪਣਾ ਨੈਟਵਰਕਿੰਗ ਜਿਹੜਾ ਹੈਗਾ ਆ ਚੈਂਬਰ ਆ ਜਿਹੜਾ ਉਹ ਖੋਲ੍ਹਣਾ ਆ, ਤਾਂ ਦੇ ਕੈਨ ਅਪਰੋਚ ਅਸ ਐਂਡ ਵੀ ਵਿਲ ਹੈਪੀ ਟੂ ਅਸਿਸਟ ਦੈਮ। This is a fantastic opportunity for a lot of entrepreneurs to get together, and we can discuss our experiences and share with each other how we have been successful or we have failed, and learn from each other. And I have specifically came from US for this event. Event काफी successful रहा है और बहुत सारे लोग यहाँ पर आए, जिसमें कई कई जितने entrepreneurs हैं उन्होंने अपने discussions की, किस तरीके की उनकी issues हैं, क्या challenges हैं, क्या roadblocks हैं उन्होंने वो overcome कर पाए हैं।